ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਭ ਠੀਕ ਹੋਮੋਗੇ ਅੱਜ ਆਪਾਂ ਆਪਣਾ ਪਹਿਲਾ ਪ੍ਰੋਗਰਾਮ ਬਣਾ ਰਹਿਆਂਗੇ ਵੀਡੀਓ ਸਟੂਡੀਓ ਦੇ ਵਿੱਚ ਜੇ ਤੁਸੀਂ ਇੰਸਟਾਲ ਨਹੀਂ ਕਰਿਆ ਤਾਂ ਤੁਸੀਂ ਆਈ ਬਟਨ ਦੇ ਕਲਿੱਕ ਕਰਕੇ ਇੰਸਟਾਲ ਕਰ ਸਕਦੇ ਹੋ ਆਪਾਂ ਪਹਿਲਾਂ ਵੀਡੀਓ ਬਣਾ ਚੁੱਕੇ ਹਾਂ ਸਟੈਪ ਬਾ ਸਟੈਪ ਦੱਸਿਆ ਗਿਆ ਹੈਗਾ ਆਪਾਂ ਓਨੀ ਕਹੀ ਸੀ ਸ਼ਾਰਪ ਲੈਂਗੁਏਜ ਸਿੱਖਾਂਗੇ ਜਿੰਨੀ ਕ ਆਪਣੇ ਲਈ ਜ਼ਰੂਰੀ ਹੈਗੀ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਵੀ ਆਪਾਂ ਯੂਨੀਟੀ ਦੇ ਟਿਊਟੋਰੀਅਲ ਲੇਗੇ ਜਾਂ ਬੇਸਿਕ ਟਿਊਟੋਰੀਅਲ ਲੇਗੇ ਆਪਾਂ ਕਿਸ ਦਿਨ ਤੋਂ ਸ਼ੁਰੂ ਕਰੀਏ ਕਮੈਂਟ ਜ਼ਰੂਰ ਕਰਿਆ ਕਰੋ ਯਾਰ ਪੂਰਾ ਰਿਪਲਾਈ ਮੈਨੂੰ ਜੇ ਤੁਸੀਂ ਕੋਈ ਵੀ ਸਵਾਲ ਹੋਊ ਤੁਹਾਡਾ ਕੋਈ ਵੀ ਡਾਊਟ ਹੁੰਦਾ ਤੁਹਾਡਾ ਕੋਈ ਵੀ ਸੁਜੈਸ਼ਨ ਹੁੰਦਾ ਕਮੈਂਟ ਜਰੂਰ ਕਰਿਆ ਕਰੋ ਤੇ ਜੇ ਆਪਾਂ ਪਹਿਲੀ ਗੇਮ ਬਣਾ ਲਵਾਂਗੇ ਤਾਂ ਤੁਹਾਨੂੰ ਵੀ ਥੋੜਾ ਕੰਫੀਡੈਂਸ ਮਿਲ ਜਾਵੇਗਾ ਤੇ ਤੁਸੀਂ ਹੋਰ ਵਧੀਆ ਤਰੀਕੇ ਨਾਲ ਇਹਨੂੰ ਸਟੱਡੀ ਕਰੋਗੇ ਹੋਰ ਵਧੀਆ ਇੰਟਰਸਟ ਲਵੋਗੇ ਆਪਾਂ ਜਲ ਤੋਂ ਜਲ ਪਹਿਲੀ ਗੇਮ ਬਣਾਉਣੀ ਹੈਗੀ ਤੇ ਮੈਨੂੰ ਇਹ ਵੀ ਸੁਜੈਸਟ ਕਰੋ ਆਪਾਂ ਵੀਡੀਓ ਕਿੰਨੇ ਵਜੇ ਪਾਇਆ ਕਰੀਏ ਤੇ ਕਿਦਾਂ-ਕਿਦੇ ਵੀਡੀਓ ਪਾਇਆ ਕਰੀਏ ਤੁਹਾਡੇ ਹਿਸਾਬ ਨਾਲ ਹੀ ਵੀਡੀਓਜ਼ ਆਉਣਗੀਆਂ ਜਿਵੇਂ ਤੁਸੀਂ ਕਹੋਗੇ ਇੰਸਟਾਲ ਕਰਨ ਤੋਂ ਬਾਅਦ ਜਦੋਂ ਤੁਸੀਂ ਇਹਨੂੰ ਓਪਨ ਕਰੋਗੇ ਤੁਹਾਡੇ ਲਈ ਇਸ ਤਰ੍ਹਾਂ ਦਾ ਇੰਟਰਫੇਸ ਆਉਂਦਾ ਹੈ ਤੇ ਇਹਨੂੰ ਸਾਈਨ ਇਨ ਕਰਨਾ ਕੋਈ ਜ਼ਿਆਦਾ ਜ਼ਰੂਰੀ ਨਹੀਂ ਹੈਗਾ ਤੁਸੀਂ ਇਹਨੂੰ ਕੱਟ ਵੀ ਸਕਦੇ ਹੋ ਕੋਈ ਐਡੀ ਗੱਲ ਨਹੀਂ ਹੈਗੀ ਬਾਕੀ ਜੇ ਤੁਸੀਂ ਸਾਈਨ ਇਨ ਕਰਨੀ ਹੈਗਾ ਤਾਂ ਤੁਸੀਂ ਆਪਣੀ ਈਮੇਲ ਵਗੈਰਾ ਇੱਥੇ ਭਰ ਕੇ ਤੁਸੀਂ ਸਾਈਨ ਇਨ ਕਰ ਸਕਦੇ ਹੋ ਇਸ ਤੋਂ ਬਾਅਦ ਆਪਣੇ ਲਾਵੇ ਇੱਕ ਵਿੰਡੋ ਓਪਨ ਹੋ ਜਾਂਦੀ ਹੈਗੀ ਇਹ ਚ ਬਹੁਤ سارے ਆਪਣੇ ਆਪਸ਼ਨ ਮਿਲ ਜਾਂਦੇ ਨੇਗੇ ਪਰ ਆਪਾਂ ਸਿਰਫ ਕ੍ਰੀਏਟ ਨਿਊ ਪ੍ਰੋਜੈਕਟ ਤੇ ਕਲਿੱਕ ਕਰਨਾ ਹੈਗਾ ਆਪਾਂ ਹੋਰ ਕਿਸੇ ਚੀਜ਼ ਤੇ ਸਿਲੈਕਟ ਨਹੀਂ ਕਰਨਾ ਹੈਗਾ ਕਲਾ ਕ੍ਰੀਏਟ ਨਿਊ ਪ੍ਰੋਜੈਕਟ ਤੇ ਇਸ ਤੋਂ ਬਾਅਦ ਆਪਣੇ ਲਾਵੇ ਟੈਂਪਲੇਟ ਵਿੰਡੋ ਓਪਨ ਹੁੰਦੀ ਹੈਗੀ ਇਹ ਚ ਆਪਾਂ ਨੂੰ ਕਾਫੀ ਤਰ੍ਹਾਂ ਦੇ ਟੈਂਪਲੇਟ ਮਿਲ ਜਾਂਦੇ ਨੇਗੇ ਕਈ ਤਰ੍ਹਾਂ ਦੇ ਅਬਿਲਿਟੀ ਚਾਪਨ ਮਿਲ ਜੰਦੇ ਨੇਗੇ ਮੇਰਾ ਕੰਪਿਊਟਰ ਥੋੜਾ ਸਲੋ ਹੈਗਾ ਇਸ ਚ ਆਪਾਂ ਨੂੰ ਕਾਫੀ ਤਰ੍ਹਾਂ ਦੇ ਟੈਂਪਲੇਟ ਮਿਲ ਜਾਂਦੇ ਨੇਗੇ ਪਰ ਆਪਾਂ ਨੇ ਕਿਸੇ ਟੈਂਪਲੇਟ ਦੀ ਆਪਾਂ ਨੂੰ ਜ਼ਰੂਰਤ ਹੈ ਨਹੀਂ ਜੀ ਆਪਾਂ ਸਿਰਫ ਫਿਲਟਰ ਯੂਜ਼ ਕਰ ਲੈਣਾ ਆਪਣਾ ਜਿਵੇਂ ਮੈਂ ਕਰ ਰਿਹਾ ਹਾਂਗਾ ਉੱਥੇ ਤਰ੍ਹਾਂ ਬਸ ਤੁਸੀਂ ਨੇ ਫਿਲਟਰ ਯੂਜ਼ ਕਰਨਾ ਤੇ ਇਸ ਤੋਂ ਬਾਅਦ ਆਪਣੇ ਲਈ .net ਫਰੇਮਵਰਕ ਦਾ ਇੱਕ ਆਪਸ਼ਨ ਆਉਂਦੀ ਹੈਗੀ ਆਪਾਂ ਨੇ ਉਹਦੇ ਕਲਿੱਕ ਕਰ ਲੈਣਾ ਕਿਉਂਕਿ ਆਪਾਂ .net ਫਰੇਮਵਰਕ ਤੇ ਹੀ ਆਪਾਂ ਕੰਮ ਕਰ ਰਹੇ ਹਾਂਗੇ ਤੇ ਇਸ ਤੋਂ ਬਾਅਦ ਨੈਕਸਟ ਤੇ ਕਲਿੱਕ ਕਰ ਦੇਣਾ ਬਸ ਆਪਣੇ ਲਈ ਕਨਫਿਗਰ ਵਿੰਡੋ ਓਪਨ ਹੋ ਜਾਂਦੀ ਹੈਗੀ ਇਰੇ ਵਿੱਚ ਆਪਾਂ ਆਪਣੀ ਜਿੱਥੇ ਵੀ ਆਪਾਂ ਲੋਕੇਸ਼ਨ ਦੇਣੀ ਹੋਵੇ ਆਪਣੀ ਫਾਈਲ ਦੀ ਉੱਥੇ ਉਹ ਦੇ ਸਕਦੇ ਆਪਾਂ ਡਿਫਾਲਟ ਲੋਕੇਸ਼ਨ ਜਿਹੜੀ ਮਰਜ਼ੀ ਤੇ ਆਪਾਂ ਡਾਟ ਫਰੇਮਵਰਕ ਆ ਇਹ ਹਮੇਸ਼ਾ ਲੇਟੈਸਟ ਹੀ ਹੋਣਾ ਚਾਹੀਦਾਗਾ ਦੇਖੋ ਮੇਰਾ ਲੇਟੈਸਟ ਆਗਾ ਤੁਸੀਂ ਚੈੱਕ ਕਰ ਲਿਓ ਆਪਣਾ ਤੇ ਜਿਹੜਾ ਪ੍ਰੋਜੈਕਟ ਨੇਮ ਆਗਾ ਉਹ ਇੱਥੋਂ ਹੀ ਤੁਸੀਂ ਦੇਣਾ ਹੁੰਦਾਗਾ ਤੇ ਪ੍ਰੋਜੈਕਟ ਨੇਮ ਤੇ ਸੋਲੂਸ਼ਨ ਨੇਮ ਹਮੇਸ਼ਾ ਸੇਮ ਹੁੰਦਾਗਾ ਤੇ ਇਹਦੇ ਵਿੱਚ ਪ੍ਰੋਜੈਕਟ ਨੇਮ ਵਿੱਚ ਹਮੇਸ਼ਾ ਜਿਹੜਾ ਆਪਾਂ ਪਹਿਲਾ ਅੱਖਰ ਹੁੰਦਾ ਉਹ ਹਮੇਸ਼ਾ ਵੱਡਾ ਰੱਖਣਾ ਹੁੰਦਾ ਪਹਿਲਾ ਲੈਟਰ ਜਿਵੇਂ ਗੇਮਿੰਗ ਦਾ ਜੀ ਵੱਡਾ ਤੇ ਇੰਡਸਟਰੀ ਦਾ ਆਈ ਤੇ ਇਹ ਨੇਮ ਮੈਂ ਪ ਪੇਜ ਲਈ ਇਸ ਲਈ ਇਹ ਨੇਮ ਨੂੰ ਇਹ ਅਕਸੈਪਟ ਨਹੀਂ ਕਰ ਰਿਹਾ ਹੈਗਾ ਤੇ ਹੁਣ ਆਪਾਂ ਇੱਥੇ ਸਪੇਸ ਨਹੀਂ ਦੇ ਸਕਦੇ ਹੈਗੇ ਸਪੇਸ ਆਪਾਂ ਦੇਣੀ ਨਹੀਂ ਹੈਗੀ ਪਰ ਆਪਾਂ ਹੋਰ ਕੋਈ ਵੀ ਲੈਟਰ ਜਾਂ ਕੋਈ ਵੀ ਸਿੰਪਲ ਐਡ ਕਰ ਸਕਦੇ ਹਾਂ ਤੇ ਉਸ ਤੋਂ ਬਾਅਦ ਆਪਾਂ ਕ੍ਰੀਏਟ ਤੇ ਕਲਿੱਕ ਕਰ ਦੇਣਾ ਹੈਗਾ ਤੇ ਹੁਣ ਆਪਾਂ ਇੱਥੇ ਆਪਣਾ ਪਹਿਲਾ ਜਿਹੜਾ ਵੀ ਆਪਣਾ ਪਿੰਡ ਖੁੱਲੂਗੀ ਨਵੀਂ ਇੱਥੇ ਆਪਾਂ ਆਪਣਾ ਪ੍ਰੋਜੈਕਟ ਬਣਾਵਾਂਗੇ ਇਹਦੇ ਵਿੱਚ ਆ ਕਾਫੀ ਆਪਾਂ ਨੂੰ ਪਹਿਲਾਂ ਤੋਂ ਹੀ ਕੋਡ ਮਿਲ ਜਾਂਦਾ ਆਪਣੀ ਹੈਲਪ ਲਈ ਤੇ ਹੁਣ ਥੋੜੇ ਤੋਂ ਮੈਂ ਚਾਹੂਗਾ ਵੀ ਆ ਨੇਮਸਪੇਸ ਕੀ ਆ ਕਲਾਸ ਕੀ ਹੈਗਾ ਦੇ ਸਭ ਕੁਝ ਆਪਾਂ ਕੁਝ ਨਹੀਂ ਸੋਚਣਾ ਹੈਗਾ ਆਪਣਾ ਕਿਸੇ ਚੀਜ਼ ਬਾਰੇ ਨਹੀਂ ਸੋਚਣਾ ਬਸ ਆਪਾਂ ਆਪਣਾ ਪਹਿਲਾ ਜਿਹੜਾ ਵੀ ਆਪਣਾ ਪਹਿਲਾ ਕੋਡ ਹੈਗਾ ਉਹ ਲਿਖਣਾ ਆਪਾਂ ਨੇ ਆਪਾਂ ਪਹਿਲਾ ਪ੍ਰੋਜੈਕਟ ਬਣਾਉਣਾ ਬਸ ਆਪਾਂ ਨੂੰ ਹੋਰ ਕੁਝ ਨਹੀਂ ਸੋਚਣਾ ਤੁਸੀਂ ਨਹੀਂ ਬਸ ਬਿਣਾ ਸੋਚੇ ਸਮਝੇ ਜੇ ਮੈਂ ਲਿਖ ਰਿਹਾ ਹਾਂ ਤੁਸੀਂ ਉਸੇ ਤਰ੍ਹਾਂ ਲਿਖੋ ਤੁਸੀਂ ਇੱਥੇ ਬਸ ਜਮੇ ਮੈਂ ਟਾਈਪ ਕਰ ਰਿਹਾ ਜਿਹੜਾ ਮੈਂ ਸਪੈਲਿੰਗ ਵੱਡਾ ਜਿਹੜਾ ਲੈਟਰ ਵੱਡਾਗਾ ਉਹ ਵੱਡਾ ਲਿਖਣਾ ਜਿਹੜਾ ਛੋਟਾ ਛੋਟਾ ਲਿਖਣਾ ਦੇਖੋ ਕਨਸੋਲ ਡਾਟ ਕਾਫੀ ਦੇਖੋ ਇੱਥੇ ਆਪਾਂ ਨੂੰ ਆਪਸ਼ਨਾਂ ਹੀ ਮਿਲ ਜਾਂਦੇ ਨੇ ਆਪਣੀ ਹੈਲਪ ਲਈ ਜਦੋਂ ਵੀ ਆਪਾਂ ਕੋਈ ਵੀ ਲੈਟਰ ਟ ਤਾਂ ਆਪਾਂ ਨੂੰ نیچے ਆਪਸ਼ਨ ਮਿਲ ਜਾਂਦੀ ਹੈਗੀ ਤੇ ਜੇ ਵੀ ਕੋਈ ਵੀ ਆਪਣਾ 에ਰਰ ਹੁੰਦਾ ਤਾਂ ਆਪਾਂ ਨੂੰ ਉਹ ਵੀ نیچے ਸ਼ੋ ਹੋ ਜਾਂਦਾ ਦੇਖੋ ਕਨਸੋਲ ਡਾਟਰ ਡਬਲਯੂ ਦਾ ਡਬਲਯੂ ਵੱਡਾ ਹੋਣਾ ਚਾਹੀਦਾ ਲਿਖੋ ਰਾਈਟ ਲਾਈਨ ਲਾਈਨ ਦਾ ਐਲੋ ਵੱਡਾ ਆ ਦੇਖੋ ਆਪਾਂ ਨੂੰ ਆਪਸ਼ਨ ਨੀਚੇ ਮਿਲ ਜਾਂਦੀ ਹੈਗੀ ਇਸੇ ਲਈ ਮੈਂ ਤੁਹਾਨੂੰ ਵਿਜ਼ੂਅਲ ਸਟੂਡੀਓ ਕਹਿ ਰਿਹਾ ਹਾਂ ਕਿਉਂਕਿ ਵਿਜ਼ੂਅਲ ਸਟੂਡੀਓ ਕਾਫੀ ਆਪਣੀ ਹੈਲਪ ਕਰਦਾ ਜਦੋਂ ਆਪਾਂ ਪੈਂਥਸਿਸ ਕਲੋਜ਼ ਤੇ ਡਬਲ ਕੋਡਸ ਤੇ ਹਮੇਸ਼ਾ ਆਪਾਂ ਜੋ ਵੀ ਵੈਲਿਊ ਲਿਖਾਂਗੇ ਉਹ ਆਪਾਂ ਨੂੰ ਪ੍ਰਿੰਟ ਹੋਣੀ ਹੈਗੀ ਤੇ ਜਿਹੜਾ ਮਰਜੀ ਲੈਟਰ ਲਿਖ ਲਿਓ ਕੋਈ ਕੋਈ ਮਰਜੀ ਆਪਾਂ ਅਲਫਾਬੈਟ ਲਿਖ ਲਿਏ ਚਾਹੇ ਸਪੇਸ ਦੇਈਏ ਚਾਹੇ ਨਾਂ ਦੇਈਏ ਉਹਦੇ ਕੋਈ ਫਰਕ ਨਹੀਂ ਪੈਂਦਾ ਹੈਗਾ ਆਪਾਂ ਨੂੰ ਕੋਈ ਮਰਜੀ ਵੱਡਾ ਛੋਟਾ ਲੈਟਰ ਲਿਖ ਲਿਏ ਆਪਾਂ ਨੂੰ ਜਿਹੜਾ ਮਰਜੀ ਆਪਾਂ ਕੁਝ ਮਰਜੀ ਲਿਖ ਲਿਓ ਆਪਣੀ ਪ੍ਰਿੰਟ ਹੋਣੀ ਹੈ ਵੈਲਿਊ ਇਹ ਆਪਣੀ ਆਪਣੀ ਮਰਜ਼ੀ ਹੁੰਦੀ ਹੈਗੀ ਤੇ ਲਾਸਟ ਵਿੱਚ ਸੈਮੀ ਕੋਲਨ ਲਾਉਣਾ ਜ਼ਰੂਰੀ ਹੁੰਦਾ ਹੈਗਾ ਤੇ ਇਸ ਤੋਂ ਬਾਅਦ ਆਪਾਂ ਆਪਣੀ ਵੈਲਿਊ ਪ੍ਰਿੰਟ ਕਰਾਉਣੀ ਹੈ ਤੇ ਇਸ ਲਈ ਆਪਾਂ ਡੀ ਬਟਨ ਤੇ ਵੀ ਕਲਿੱਕ ਕਰ ਸਕਦੇ ਹਾਂਗੇ ਦੇਖੋ ਡੀ ਬਟਨ ਤੋਂ ਵੀ ਸਟਾਰਟ ਡੀਬੱਗਿੰਗ ਤੇ ਐਫ 5 ਵੀ ਆਪਾਂ ਪ੍ਰੈਸ ਕਰ ਸਕਦੇ ਹ ਤੇ ਦੇਖੋ ਆਪਣੀ ਪਹਿਲੀ ਵੈਲਿਊ ਪ੍ਰਿੰਟ ਹੋਈ ਤੇ ਨਾਲ ਦੀ ਨਾਲ ਉਹ ਐਗਜ਼ੀਕਿਊਟ ਹੋਇਆ ਆਪਣਾ ਕੋਡ ਤੇ ਨਾਲ ਦੀ ਨਾਲ ਉਹ ਪਾਉਜ਼ ਨਹੀਂ ਹੋਇਆ ਹੈਗਾ ਉਹ ਉਹ ਨਾਲ ਦੀ ਨਾਲ ਚੱਲਾ ਗਿਆ ਤੇ ਆਪਾਂ ਇਹਨੂੰ ਪਾਉਜ਼ ਕਰਨ ਲਈ ਆਪਾਂ ਨੀਚੇ ਇੱਕ ਲਾਈਨ ਹੋਰ ਲਿਖਾਂਗੇ ਕਨਸੋਲ ਡਾਟ ਤੇ ਦੇਖੋ ਜੇ ਮੈਂ ਥੋੜੀ ਧੀਰੇ ਨਾਲ ਲਿਖ ਰਾਂਗਾ ਵੀ ਤੁਹਾਨੂੰ ਕਲੀ-ਕਲੀ ਚੀਜ਼ ਸਮਝ ਆ ਜਾਏ ਕਿ ਤੁਹਾਨੂੰ ਤੇ ਆਰਾਮ ਨਾਲ ਪੜ੍ਹਨਾਗਾ ਕੋਈ ਆਪਣੇ ਕੋਈ ਕਹਾੜ ਨਹੀਂ ਕਰਨੀ ਹੈਗੀ ਤੇ ਪੈਂਥਸਿਸ ਓਪਨ ਪੈਂਥਸਿਸ ক্লোਜ਼ ਪਰ ਇਸ ਵਿੱਚ ਆਪਾਂ ਕੁਝ ਨਹੀਂ ਲਿਖਣਾ ਹੈਗਾ ਇਸ ਦੇ ਪਿੱਛੇ ਵੀ ਸੈਮੀ ਕੋਲਨ ਲਾਉਣਾਗਾ ਤੇ ਦੇਖੋ ਆਪਾਂ ਦੁਬਾਰਾ ਵੈਲਿਊ ਲਿਖੀ ਤੇ ਦੇਖੋ ਹੁਣ ਆਪਣਾ ਐਗਜ਼ੀਕਿਊਸ਼ਨ ਹੈ ਜਿਹੜਾ ਪਾਉਜ਼ ਹੋ ਗਿਆ ਉਹ ਜਿਹੜਾ ਵੀ ਆਪਣਾ ਕੋਡ ਹੈ ਜਿਹੜਾ ਆਪਣੇ ਐਗਜ਼ੀਕਿਊਟ ਹੋਇਆਗਾ ਆਪਣਾ ਪਾਉਜ਼ ਹੋ ਗਿਆ ਦੇਖੋ ਆਪਾਂ ਸਾਈਡ ਤੇ ਆਪਾਂ ਆਪਣੀ CPU ਤੇ ਪਰਫਾਰਮੈਂਸ ਵਗੈਰਾ ਸਭ ਕੁਝ ਆਪਾਂ ਨੂੰ ਸ਼ੋ ਹੋਉਂਦਾ ਵਾ ਤੇ ਇਸ ਤੋਂ ਬਾਅਦ ਆਪਾਂ ਇੰਟਰਪ੍ਰੈਸ ਕਰਾਂਗੇ ਤਾਂ ਜਿਹੜਾ ਵੀ ਆਪਣਾ ਕੋਡ ਹੈਗਾ ਉਹ ਬਸ ਆਪਣਾ ਐਗਜ਼ੀਕਿਊਟ ਹੋ ਚੁੱਕਾ ਹੈਗਾ ਉਸ ਤੋਂ ਬਾਅਦ ਆਪਾਂ ਕੋਈ ਕੋਡ ਨਹੀਂ ਚਲਾਈਖਾਏਗਾ ਤਾਂ ਆਪਣੀ ਐਗਜ਼ੀਕਿਊਸ਼ਨ ਆ ਗਈ ਉਹ ਆਪਣੀ ਸਟਾਪ ਹੋ ਜਾਊਗੀ ਉਹ ਆਪਣੀ ਚਲੀ ਜਾਊਗੀ ਜੇ ਆਪਾਂ ਇੰਟਰਪ੍ਰੈਸ ਕਰਾਂਗੇ ਤੇ ਆਪਾਂ ਇੱਕ ਲਾਈਨ ਹੋਰ ਲਿਖ ਕੇ ਦੇਖਦੇ ਆਂਗੇ ਨੀਚੇ ਆਪਾਂ ਇੱਕ ਲਾਈਨ ਹੋਰ ਲਿਖਦੇ ਆਂਗੇ ਉਸ ਦੇ ਲਈ ਵੀ ਆਪਾਂ ਨੂੰ console.writeline ਲਿਖਣਾ ਪਊਗਾ ਜਿਸ ਤਰ੍ਹਾਂ ਮੈਂ ਲਿਖ ਰਿਹਾ ਹਾਂ ਬਿਲਕੁਲ ਤੁਸੀਂ ਉਸੇ ਤਰ੍ਹਾਂ ਲਿਖਣਾ ਹੈਗਾ ਕੋਈ ਲੈਟਰ ਵੱਡਾ ਛੋਟਾ ਨਹੀਂ ਲਿਖਣਾ ਹੈਗਾ ਕੋਈ ਵੀ ਲੈਟਰ ਆਪਣਾ ਵੱਡਾ ਛੋਟਾ ਨਹੀਂ ਹੋਣਾ ਚਾਹੀਦਾ ਹੈਗਾ ਤੇ ਆ ਦੇਖੋ ਲਾਈਨ ਤੇ ਪੈਨਸਿਸ ਓਪਨ ਪੈਨਸਿਸ ਕਲੋਜ਼ ਇਸ ਚ ਵੀ ਆਪਾਂ ਜੋ ਮਰਜੀ ਲਿਖ ਸਕਦੇ ਆਂਗੇ ਦੇਖੋ ਜੈਸਾ ਕਿ ਮੈਂ ਲਿਖ ਰਿਹਾ ਹਾਂ ਪੰਜਾਬੀ ਗੇਮਰ ਮੇ ਕਾਲਮ ਲਾਉਣਾਗਾ ਤੇ ਲਾਸਟ ਲਾਈਨ ਤੇ ਫਿਰ ਆਪਾਂ ਨੂੰ ਦੁਬਾਰਾ ਲਿਖਣਾ ਪਊਗਾ ਕੰਸੋਲ ਡਾਟ ਰੀਡ ਲਾਈਨ ਕਿਉਂਕਿ ਆਪਾਂ ਆਪਣੀ ਜਿਹੜੀ ਐਗਜ਼ੀਕਿਊਸ਼ਨ ਹੈ ਉਹਨੂੰ ਪਾਉਜ਼ ਕਰਨਾਗਾ ਤੁਸੀਂ ਬਸ ਕਰੇ 10 ਤੋਂ 20 ਮਿੰਟ ਜਾਂ ਅੱਧਾ ਘੰਟਾ ਤੁਸੀਂ ਡੇਲੀ ਲਾਉਣਾਗਾ ਤਾਂ ਤੁਸੀਂ ਗੇਮ ਡਵੈਲਪਮੈਂਟ ਸਿੱਖ ਲਓਗੇ ਪੂਰੀ ਹੱਡੀ ਗੱਲ ਨਹੀਂ ਹੈਗੀ ਕੋਈ ਆ ਦੇਖੋ ਜੇ ਆਪਾਂ ਇੰਟਰਪ੍ਰੈਸ ਕਰਾਂਗੇ ਤਾਂ ਅਗਲਾ ਅਗਦੀ ਕੁਛ ਨਾੜਾ ਉਹ ਚੱਲ ਪਾਉਣਾ ਸ਼ੁਰੂ ਹੋ ਜਾਂਦਾ ਜਿਸ ਤੋਂ ਬਾਅਦ ਫਿਰ ਆਪਾਂ ਐਂਟਰ ਪ੍ਰੈਸ ਕਰਾਂਗੇ ਤਾਂ ਆਪਣੀ ਐਗਜ਼ੀਕਿਊਸ਼ਨ ਚੱਲੀ ਜਾਂਦੀ ਹੈ ਜੀ ਜੇ ਆਪਾਂ ਵਿਚਾਰ ਲੈੜ ਆਪਾਂ console.readLine ਲਿਖਿਆ ਤੀਗਾ ਜੇ ਦੇਖੋ ਆਪਾਂ ਉਹਨੂੰ ਕੱਟ ਦਿੰਨੇ ਹਾਂਗੇ ਤਾਂ ਦੋਹੇ ਲਾਈਨਾਂ ਨੇ ਉਹ ਇਕੱਠੀਆਂ ਸ਼ੋ ਹੋ ਜਾਂਦੀਆਂ ਨੇ ਦੋਹੇ ਐਂਟਰ ਪ੍ਰੈਸ ਕਰਨ ਦੀ ਲੋੜ ਨਹੀਂ ਹੈਗੀ ਆਪਾਂ ਨੂੰ ਬਟ ਜੇ ਆਪਾਂ ਡਾਟ ਰਾਈਟ ਲਾਈਨ ਲਿਖਣ ਤੋਂ ਬਾਅਦ ਜੇ ਆਪਾਂ ਕੱਲਾ ਰਾਈਟ ਲਿਖ ਦੰਨੇ ਹਾਂਗੇ ਤਾਂ ਦੇਖੀ ਆਪਾਂ ਕੀ ਹੁੰਦਾ ਆ ਦੇਖੋ ਆਪਾਂ ਹੁਣ ਕਲਾ ਰਾਈਟ ਲਿਖਤਾ ਜੇ ਹੁਣ ਆਪਾਂ ਇਹਨੂੰ ਸਟਾਰਟ ਤੇ ਕਲਿੱਕ ਕਰਦੇ ਆਂ 5 ਕਰਦੇ ਆਂ ਜੋ ਮਰਜ਼ੀ ਕਰ ਲੋ ਤੁਸੀਂ ਤਾਂ ਬਿਨਾ ਲਾਈਨ ਤੋਂ ਬਿਨਾ ਸਪੇਸ ਤੋਂ ਆਪਣਾ ਜਿਹੜਾ ਕ ਲਾਈਨ ਤੇ ਪ੍ਰਿੰਟ ਹੋ ਜਾਂਦਾ ਸਭ ਕੁਝ ਗੇਮਿੰਗ ਇੰਡਸਟਰੀ ਤੇ ਪੰਜਾਬੀ ਗੇਮਰ ਵੀ ਇਕ ਲਾਈਨ ਤੇ ਪ੍ਰਿੰਟ ਹੋ ਗਿਆ ਸੀਗਾ ਤੇ ਬਸ ਅੱਜ ਲਈ ਇੰਨਾ ਕੁ ਪ੍ਰੋਗਰਾਮ ਬਹੁਤ ਸੀਗਾ ਬਸ ਤੁਸੀਂ ਇੰਨਾ ਕੁ ਧਿਆਨ ਰੱਖਣਾ ਕਿ ਕੌਨਸੋ ਡਾਟ ਰਾਈਟ ਲੈਣਾਗਾ ਇਹ ਹਮੇਸ਼ਾ ਜਿਹੜੀ ਵੀ ਆਪਾਂ ਇਸ ਡਬਲ ਕੋਟਸ ਜਿਹੜੀ ਆਪਾਂ ਵੈਲਿਊ ਲਿਖਦੇ ਆਂਗੇ ਇਹ ਪ੍ਰਿੰਟ ਹੁੰਦੀ ਹੈ ਆਪਣੀ ਤੇ ਡਾਟ ਰੀਡ ਲੈਣਾਗਾ ਜਿਹੜਾ ਬੁ ਨੀਚੇ ਲਿਖਦੇ ਆਂਗੇ ਇਹ ਹਮੇਸ਼ਾ ਆਪਣ ਤੁਸੀਂ ਕਮੈਂਟ ਕਰਕੇ ਦੱਸੋ ਵੀ ਆਪਾਂ ਇਸ ਦਿਨ ਤੋਂ ਜਿਹੜਾ ਟਿਊਟੋਰੀਅਲ ਸ਼ੁਰੂ ਕਰੀਏ ਯੂਨੀਟੀ ਦੇ ਤੇ ਮੈਂ ਤੁਹਾਨੂੰ ਇੱਕ ਚੈਲੰਜ ਦੰਗਾ ਕਿ ਤੁਹਾਨੂੰ 10 ਲਾਈਨਸ ਪ੍ਰਿੰਟ ਕਰਨੀਆਂ ਨੇ ਤੇ ਮੈਨੂੰ ਉਹ 10 ਲਾਈਨਸ ਨੇ ਇੰਸਟਾਗ੍ਰam ਤੇ ਭੇਜਣੀਆਂ ਨੇ। ਚੈਨਲ ਦੇ ਅਬਾਊਟ ਚ ਇੰਸਟਾਗ੍ਰam ਦਾ ਲਿੰਕ ਪਿਆ ਮੇਰਾ ਤੇ ਡਿਸਕ੍ਰਿਪਸ਼ਨ ਚ ਵੀ ਦੇ ਦੂੰਗਾ ਲਿੰਕ ਤਾਂ ਵੈਸੇ ਮੈਂ ਪਰ ਅਬਾਊਟ ਚ ਪਿਆ ਹੈਗਾ ਜਾਂ ਭੁੱਲ ਗਿਆ ਡਿਸਕ੍ਰਿਪਸ਼ਨ ਚ ਦੇਣਾ ਮੈਂ ਲਿੰਕ। ਤੁਸੀਂ ਮੈਨੂੰ 10 ਲਾਈਨਸ ਪ੍ਰਿੰਟ ਕਰਕੇ ਭੇਜਣੀਆਂ ਨੇ। ਜੇ ਕੋਈ ਵੀ ਤੁਹਾਨੂੰ ਪ੍ਰੋਬਲਮ ਆਉਂਦੀ ਹੈਗੀ ਤੁਸੀਂ ਇੰਸਟਾਗ੍ਰam ਤੇ ਮੈਸੇਜ ਕਰਕੇ ਨੂੰ ਪੁੱਛ ਸਕਦੇ ਹੋਊ